ਦਾ ਜਿਹੜਾ ਇਹ ਨਗਰ ਕੀਰਤਨ ਆ ਭਾਈ ਲਾਲੋ ਜੀ ਅਤੇ 72 ਭਗਤਾਂ ਨੂੰ ਸਮਰਪਿਤ ਇਹਦਾ ਸਾਲਾਨਾ ਯੁਗ ਮੇਲਾ ਮਨਾਇਆ ਗਿਆ। ਇਸ ਵਿੱਚ ਅੱਜ ਮੱਸਿਆ 14 ਵਾਲੇ ਦਿਨ ਨਗਰ ਕੀਰਤਨ ਇਲਾਕਾ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਮਰਿਆ, ਕਿਉਂਕਿ ਇਹ ਜਿਹੜਾ ਨਗਰ ਹੈਗਾ ਇਹ ਬੜਾ ਪਵਿੱਤਰ ਨਗਰ ਆ। ਇੱਥੋਂ ਦੇ 72 ਬ੍ਰਹਮ ਗਿਆਨੀ ਹੋਏ ਹਨ, ਜਿਹਦੇ ਵਿੱਚ 6 ਗੁਰੂ 8 ਗੁਰੂ ਸਾਹਿਬ ਦੇ ਚਰਨ ਪਏ ਨੇ ਇੱਥੇ, ਜਿੱਥੇ ਵਿੱਚ ਗੁਰੂ ਅਮਰਦਾਸ ਜੀ ਦੇ ਖਾਸ ਸੇਵਕ ਪਰਮ ਭਗਤ ਭਾਈ ਪਰੋ ਜੀ, ਭਾਈ ਲਾਲੋ ਜੀ, ਭਾਈ ਖਾਨੂ ਛੁਰਾ ਜੀ, ਸ਼ਾਹ ਆਜ਼ਾਦ ਜੀ, ਜਿਹੜੇ 4 ਮੰਜੀਦਾਰ ਸਨ, ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਔਰ ਇਹਨੂੰ ਸਰਦਾਰ 6ਵੇਂ ਪਾਤਸ਼ਾਹ ਦੀ ਪਹਿਲੀ ਸ਼ਾਦੀ ਇਸ ਜਗ੍ਹਾ 'ਤੇ ਹੋਈ ਮਾਤਾ ਦਮੋਦਰੀ ਜੀ ਨਾਲ। ਔਰ ਇੱਥੋਂ ਜਿਹੜੇ 5 ਪਿਆਰੇ ਗੁਰੂ ਸਾਹਿਬ ਨੇ, 7ਵੇਂ 10ਵੇਂ ਪਾਤਸ਼ਾਹ ਨੇ, ਭਾਈ ਦਇਆ ਸਿੰਘ, ਉਹ ਵੀ ਇਸੇ ਪਰਿਵਾਰ ਵਿੱਚੋਂ ਸਨ। ਔਰ ਸੰਗਤਾਂ ਜਿਹੜੀਆਂ ਰਲ ਮਿਲ ਕੇ ਬੜਾ ਪਵਿੱਤਰ ਸਥਾਨ ਆ ਔਰ ਬੜੀ ਸ਼ਰਧਾ ਭਾਵਨਾ ਇਹ ਸਾਰਾ ਮਨਾ ਰਹੀਆਂ ਹਨ। ਇਸ ਕਰਕੇ ਅਸੀਂ ਬਹੁਤ ਸੁਭਾਗਾ ਆਪੇ ਆਪ ਨੂੰ ਸਮਝਦੇ ਹਾਂ ਔਰ ਸਾਰੇ ਇਲਾਕੇ ਨਿਵਾਸੀ ਔਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਉਹਨਾਂ ਦਾ ਮਾਣ ਸਤਿਕਾਰ ਕਰਦੇ ਵੀ ਇੱਥੇ ਜਿਹੜੇ ਸ਼ਾਮਿਲ ਹੋਏ। ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਸੰਦੀਪ ਸਿੰਘ, ਗ੍ਰੰਥੀ ਗੁਰਦੁਆਰਾ ਪ੍ਰਕਾਸ਼ ਸਥਾਨ, ਭਾਈ ਲਾਲੋ ਜੀ, ਅੱਜ ਦਾ ਇਹ ਪਾਵਨ ਪੁਰਬ ਬ੍ਰਹਮ ਗਿਆਨੀਆਂ ਦੀ ਯਾਦ ਨੂੰ ਮਨਾਉਂਦਾ ਹੋਇਆ ਅਤੇ ਧੰਨ ਧੰਨ ਬ੍ਰਹਮ ਗਿਆਨੀ ਦੀ ਯਾਦ ਨੂੰ ਮਨਾਉਂਦਾ ਹੋਇਆ ਸਾਲਾਨਾ ਜੋੜ ਮੇਲਾ ਹਰ ਸਾਲ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਇਹ ਨਗਰ ਕੀਰਤਨ ਇਹਨਾਂ ਦੀ ਯਾਦ ਵਿੱਚ ਰੱਬ ਹੋਇਆ ਹੈ। ਸੰਗਤਾਂ ਬੜੇ ਭਾਵਨਾ ਦੇ ਨਾਲ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਆਪ ਸੰਗਤਾਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਗਿਆਨੀ ਭਾਈ ਲਾਲੂ ਜੀ ਅਤੇ 72 ਗੁਰਸਿੱਖਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮੱਸਿਆਸੂ, ਜੋ ਕਿ ਗੁਰਦੁਆਰਾ ਸਾਹਿਬਾਨ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਜੋੜ ਮੇਲੇ ਦੇ ਸੰਬੰਧ ਵਿੱਚ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਤੋਂ ਹੋਈ ਹੈ, ਜਿਸ ਦੀ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਭਾਈ ਲਾਲੂ ਜੀ ਵਿਖੇ ਹੀ ਹੋਏਗੀ। ਉਸ ਤੋਂ ਉਪਰੰਤ ਧਾਰਮਿਕ ਦੀਵਾਨ ਜਿਹੜੇ ਉਹ ਆਰੰਭ ਹੋ ਜਾਣਗੇ ਜੋੜ ਮੇਲੇ ਦੇ ਸੰਬੰਧ ਵਿੱਚ, ਜੋ ਕਿ ਕੱਲ੍ਹ ਸ਼ਾਮ ਦੀ ਧਾਰਮਿਕ ਦੀਵਾਨ ਜਿਹੜੇ ਉਹ ਸਜਾਏ ਜਾਣਗੇ। ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੇ, ਪਾਰਕਿੰਗਾਂ ਦੇ ਅਤੇ ਹੋਰ ਸਾਰੇ ਹੀ ਰਿਹਾਇਸ਼ਾਂ ਦੇ ਜਿਹੜੇ ਪ੍ਰਬੰਧ ਉਹ ਮੁਕੰਮਲ ਕਰ ਲਏ ਗਏ ਹਨ। ਇਸ ਤੋਂ ਇਲਾਵਾ ਸਾਰੀ ਸੰਗਤ ਨੂੰ ਸਾਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।